केंद्रीय शिक्षा नीति 2020 को लेकर विरोध जारी है पंजाब यूनिवर्सिटी ने भी नई शिक्षा नीति का विरोध किया जिसको लेकर ए न्यूज ने अकाली दल के नेता अर्शदीप कलेव से खास बातचीत की इस दौरान उन्होंने कहा कि पंजाब यूनिवर्सिटी में पंजाबी भाषा को लाजमी किया जाना चाहिए साथ ही उन्होंने क्या कुछ कहा सुनिए ਕੇਂਦਰੀ ਸਿੱਖਿਆ ਨੀਤੀ 2020 ਦਾ ਵਿਰੋਧ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਕੀਤਾ ਜਾ ਰਿਹਾ ਜਿਦੇ ਵਿੱਚ ਬੁੱਧੀਜੀਵੀ ਲੋਕ ਸ਼ਾਮਲ ਹੈ ਸਟੂਡੈਂਟ ਸ਼ਾਮਲ ਹੈ ਪ੍ਰੋਫੈਸਰ ਸ਼ਾਮਲ ਹੈ ਤੇ ਰਾਜਨੀਤਿਕ ਲੋਕ ਵੀ ਇਹਦੇ ਵਿੱਚ ਮੌਜੂਦ ਹੈ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਲੀਗਲ ਐਡਵਾਈਜ਼ਰ ਤੇ ਪ੍ਰਵਕਤਾ ਅਰਸ਼ਦੀਪ ਕਲੇਰ ਮੌਜੂਦ ਹੈ ਕਲੇਰ ਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਅੱਜ ਵਿਰੋਧ ਕੀਤਾ ਜਾ ਰਿਹਾ ਹੈ ਦੇਖੋ ਅਸੀਂ ਬਹੁਤ ਹੀ ਸੰਜੀਦਗੀ ਵਾਲੇ ਸਮੇਂ ਚੋਂ ਗੁਜ਼ਰ ਰਹੇ ਹਾਂ ਅੱਜ ਸਾਡੀ ਹੋਂਦ ਦੀ ਸਾਡੇ ਵजूद ਦੀ ਲੜਾਈ ਹੈ ਔਰ ਪੰਜਾਬ ਦੇ ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਤੇ ਪਹਿਲਾ ਹਮਲਾ ਨਹੀਂ ਇਹ ਬਹੁਤ ਦੇਰ ਤੋਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਇਹਨਾਂ ਦੀ ਕੋਸ਼ਿਸ਼ਾਂ ਚੱਲ ਰਹੀਆਂ ਕਿ ਕਿਸੇ ਤਰੀਕੇ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਕਮਜ਼ੋਰ ਕੀਤਾ ਜਾਵੇ ਪੰਜਾਬੀਆਂ ਦੀ ਸੋਚ ਦੇ ਉੱਤੇ ਹਮਲਾ ਕੀਤਾ ਜਾਵੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੀ ਮੈਂਬਰੀ ਖਤਮ ਕੀਤੀ ਗਈ ਫਿਰ ਸਿਟਕੋ ਦੇ ਵਿੱਚ ਖਤਮ ਕੀਤੀ ਗਈ ਫਿਰ ਹਰਿਆਣਾ ਆ ਕੇ ਚੰਡੀਗੜ੍ਹ ਚ ਵਿਧਾਨ ਸਭਾ ਲਈ ਜ਼ਮੀਨ ਮੰਗ ਲੈਂਦਾ ਤੇ ਉੱਥੇ ਬਹੁਤ ਸ਼ਰਮ ਨਾਲ ਸਿਰ ਝੁਕਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਭਗਵੰਤ ਮਾਨ ਸਾਹਿਬ ਨੇ ਚੰਡੀਗੜ੍ਹ ਚ ਪੰਜਾਬ ਦੇ ਲਈ ਜ਼ਮੀਨ ਮੰਗ ਲਈ ਦੇਖੋ ਚੰਡੀਗੜ੍ਹ ਦੇ ਪੰਜਾਬ ਦਾ ਇਹਦੇ ਚ ਕੋਈ ਦੋਰ ਆਈ ਨਹੀਂ ਹੈ ਤੇ ਸਾਡੇ ਮੁੱਖ ਮੰਤਰੀ ਨੂੰ ਐਡੀ ਵੱਡੀ ਗੱਲ ਦਾ ਇਲਮ ਨਹੀਂ ਔਰ ਅੱਜ ਵੀ ਜਦੋਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆਂ ਅੱਜ ਲੜਾਈ ਕੀ ਹੈ ਅੱਜ ਰੌਲਾ ਕੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਸਾਡੀ ਮਾਂ ਬੋਲੀ ਨੂੰ ਆਪਸ਼ਨਲ ਕੀਤਾ ਜਾ ਰਿਹਾ ਹੈ ਇਹਦੇ ਨਾਲ ਜੁੜੇ ਪੌਣੇ 200 ਕਾਲਜਾਂ ਵਿੱਚ ਇਹਨੂੰ ਆਪਸ਼ਨਲ ਕੀਤਾ ਜਾ ਰਿਹਾ ਹੈ ਤਾ ਅੱਜ ਮੇਰਾ ਸਿੱਧਾ ਸਵਾਲ ਹੈ ਪੰਜਾਬ ਦੇ ਗਵਰਨਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਸ਼ ਦੀ ਸਰਕਾਰਾਂ ਨੂੰ ਕਿ ਪੰਜਾਬੀ ਮਾਂ ਬੋਲੀ ਦੇ ਉੱਤੇ ਹਮਲਾਇ ਕਿਉਂ ਤੇ ਹਮਲਾ ਹਰ ਕਿਸਤ ਬਰਦਾਸ਼ਤ ਨਹੀਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਟੂਡੈਂਟ ਜਥੇਬੰਦੀ ਐ ਐਸਵਾਈ ਅਸੀਂ ਐਸੀ ਕਿਸੇ ਵੀ ਜਿਹੜੀ ਮੂਵ ਹੈ ਉਹਦੇ ਖਿਲਾਫ ਡਟ ਕੇ ਆਵਾਜ਼ ਚੱਕਦੇ ਆਂ ਡਟ ਕੇ ਲੜਾਈ ਲੜਦੇ ਆਂ ਤੇ ਪੰਜਾਬ ਦੇ ਗਵਰਨਰ ਨੂੰ ਵੀ ਇਹ ਗੱਲ ਦੀ ਅਪੀਲ ਕਰਦੇ ਆਂ ਕਿ ਪੰਜਾਬ ਦੇ ਗਵਰਨਰ ਨੂੰ ਪੰਜਾਬ ਦੇ ਹੱਕਾਂ ਦੇ ਪੈਰਾ ਦੇਣਾ ਚਾਹੀਦਾ ਐ ਐਸੀਆਂ ਮੀਟਿੰਗਾਂ ਨਾਨ ਨੂੰ ਰੇਂਜ ਕਰਾਉਣੀ ਚਾਹੀਦੀ ਦੂਜੇ ਪਾਸੇ ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਕਤਲ ਹੋ ਰਿਹਾ ਹੈ ਪੰਜਾਬ ਯੂਨੀਵਰਸਿਟੀ ਸਾਡੇ ਤੋਂ ਖੋਣ ਦੀਆਂ ਸਾਜਸ਼ਾਂ ਹੋ ਰਹੀਆਂ ਨੇ ਤੇ ਉਹ ਪੰਜਾਬ ਦੇ ਖਰਚੇ ਤੇ ਕੇਜਰੀਵਾਲ ਦੀ ਰਾਜਨੀਤੀ ਕਮਾਉਣ ਲਈ ਦੇਸ਼ 'ਚ ਘੁੰਮ ਰਹੇ ਨੇ ਬਚਾਉਣ ਲਈ ਪੰਜਾਬ ਦੀ ਤਾਂ ਉੱਥੇ ਕੋਈ ਗੱਲ ਨਹੀਂ ਹੋ ਰਹੀ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਸੋ ਇਹ ਜਿਹੜਾ ਪੰਜਾਬ ਦੇ ਨਾਲ ਧੋਖਾ ਹੈ ਇਹਨੂੰ ਪੰਜਾਬ ਤੇ ਪੰਜਾਬੀ ਹਰਕਤ ਬਰਦਾਸ਼ਤ ਨਹੀਂ ਕਰਨੇ ਗੱਲ ਕਰੀਏ ਤਾਂ ਕੱਲ ਇੱਕ ਮੀਟਿੰਗ ਹੋਈ ਸੀਗੀ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਤੇ ਗਵਰਨਰ ਤੇ ਅਧਿਕਾਰੀਆਂ ਦੇ ਵਿੱਚ ਕਾਲੀ ਤੇ ਜਿਸ ਚ ਕਿਹਾ ਗਿਆ ਸੀਗਾ ਵੀ ਹਰਿਆਣੇ ਨੂੰ ਜਿਹੜਾ ਹੈ ਕੋਲ ਜਿਹੜੇ ਹਰਿਆਣੇ ਦੇ ਕਾਲਜ ਆ ਉਹਨਾਂ ਨੂੰ ਮੰਨਤਾ ਪ੍ਰਾਪਤ ਪੰਜਾਬ ਯੂਨੀਵਰਸਿਟੀ ਕੀਤਾ ਜਾਵੇ ਕਿਉਂਕਿ ਪਹਿਲਾਂ ਵੀ ਅਧਿਕਾਰ ਜਿਹੜਾ ਸੀਗਾ ਹਰਿਆਣੇ ਦਾ ਸੀਗਾ 20% ਦਾ ਦੇਖੋ ਜਦੋਂ ਇਹ ਯੂਨੀਵਰਸਿਟੀ ਬਣੀ ਉਦੋਂ ਹਰਿਆਣੇ ਦਾ ਅਧਿਕਾਰ ਸੀ ਫਿਰ ਹਰਿਆਣਾ ਆਪਣੇ ਅਧਿਕਾਰ ਆਪ ਛੱਡ ਕੇ ਗਿਆ ਫਿਰ ਤੁਸੀਂ ਫੰਡਿੰਗ ਬੰਦ ਕਰਤੀ ਯੂਨੀਵਰਸਿਟੀ ਨੂੰ ਫਿਰ ਪੰਜਾਬ ਤੇ ਯੂਟੀ ਨੇ ਮਿਲ ਕੇ ਯੂਨੀਵਰਸਿਟੀ ਨੂੰ ਚਲਾਇਆ ਜਦੋਂ ਯੂਨੀਵਰਸਿਟੀ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਤੇ ਹੁਣ ਤੁਸੀਂ ਵਾਪਸ ਫੇਰ ਦੁਬਾਰਾ ਉਹੀ ਜਿਹੜੀਆਂ ਕੇਂਦਰ ਦੀਆਂ 사ਦਿਸ਼ਾਂ ਕਿ ਜੀ ਪੰਜਾਬ ਦੇ ਜਿਹੜੇ ਹੱਕ ਨੇ